ਆਇਓ ਕਿਉਂਕਿ ਕਹਿ ਸਕਦੇ ਹਾਂ ਕਿ ਭਾਰਤ ਦੇ 70% ਇਹੋ ਜਿਹੇ ਲੋਕ ਹੈ ਜਿਹੜੇ ਅੱਜ ਸ਼ੂਗਰ ਦੀ ਬਿਮਾਰੀ ਤੋਂ ਪੀੜਿਤ ਅਤੇ ਅੱਜ ਸੋਸ਼ਲ ਫੋਰਸ ਇੱਥੇ ਲੱਗਿਆ ਕਿ ਕਾਂਗਰਸ ਦੇਖੋ ਜੀ ਆਯੁਰਵੇਦ ਹਮ ਸਭੀ ਜਾਣਦੇ ਹੈ ਕਿ ਹਮਾਰੇ ਭਾਰਤ ਵਰਸ਼ ਕੀ ਉਹ ਪਦਤੀ ਹੈ ਜਿਸਕਾ ਜਿਸਕੋ ਰਿਸ਼ੀ ਮੁਨੀ ਨੇ ਜਾਂਚ ਸੇ ਲੇਕਰ ਅਬ ਤੱਕ ਲਗਾਤਾਰ ਨਾ ਜਾਣੇ ਕਿਤਨੇ ਸਾਲੋਂ ਸੇ ਹਮੇਂ ਨਿਰੋਗ ਰੱਖਣੇ ਕੇ ਲੀਏ ਇਸਕਾ ਇਸਤੇਮਾਲ ਕੀਆ ਗਿਆ ਮੈਂ ਬਹੁਤ ਜ਼ਿਆਦਾ ਸ਼ੁਕਰ ਗੁਜ਼ਾਰ ਹੂੰ ਕਿ ਮੁਝੇ ਆਜ ਇਸ ਸ਼ਿਵਰ ਮੇਂ ਆਨੇ ਕਾ ਮੌਕਾ ਮਿਲਾ ਕਿਉਂਕਿ ਆਯੁਰਵੇਦਾ ਜੋ ਪਦਤੀ ਹੈ ਨਿਸ਼ਚਿਤ ਰੂਪ ਸੇ ਬਹੁਤ ਸਾਰੇ ਰੋਗੋਂ ਕਾ ਇਲਾਜ ਕਰ ਰਹੀ ਹੈ ਲੇਕਿਨ ਆਜ ਕੀ ਜੋ ਜਿਸ ਤਰ੍ਹਾਂ ਸੇ ਖਾਣ ਪਾਨ ਹੈ ਜਿਸ ਤਰ੍ਹਾਂ ਸੇ ਰਹਿਣ ਸਹਿਣ ਹੈ ਸ਼ੂਗਰ ਕੀ ਬਿਮਾਰੀ ਬੜਤੀ ਜਾ ਰਹੀ ਹੈ ਔਰ ਇਸਕਾ ਜੜ ਸੇ ਨਿਵਾਰਨ ਕਰਨੇ ਕੇ ਲੀਏ ਮੁਝੇ ਲਗਤਾ ਹੈ ਕਿ ਆਯੁਰਵੇਦ ਕੇ ਜੋ ਵੀ ਪਦਤੀਆਂ ਹਮਾਰੀ ਨਾ ਜਾਣੇ ਕਿਤਨੇ ਸਾਲੋਂ ਸੇ ਚਲੀ ਆ ਰਹੀ ਹੈ ਹਮੇਂ ਉਸਕਾ ਅਨੁਸਰਨ ਕਰਤੇ ਹੋਏ ਇਸ ਬਿਮਾਰੀ ਸੇ ਨਿਜਾਤ ਦਿਲਾਨੇ ਕੇ ਲੀਏ ਜਿਸ ਤਰ੍ਹਾਂ ਸੇ ਵਰਧਾਨ ਆਯੁਰਵੇਦੀ GSM ਔਰ ਬਾਕੀ ਇਹ ਸਭ ਲੋਗੋਂ ਨੇ ਕੋਲੈਬੋਰੇਟ ਕਰਕੇ ਕੈਂਪ ਲਗਾਇਆ ਹੈ ਇਨਕੇ ਇਸ ਕਾਰਯ ਕੀ ਮੈਂ ਬਹੁਤ ਬਹੁਤ ਸਰਾਹਨਾ ਕਰਤੀ ਹੂੰ ਔਰ ਮੈਂ ਖੁਦ ਡਾਕਟਰ ਸਾਹਿਬ ਸੇ ਪਰਸਨਲੀ ਕਹੂੰਗੀ ਕਿ ਮੁਝੇ ਵੀ ਥੋੜ੍ਹਾ ਸਾ ਇਸਮੇਂ ਪਾਰਟੀਸਪੇਟ ਇਸ ਤਰ੍ਹਾਂ ਸੇ ਕਰਨੇ ਕੇ ਲੀਏ ਅਵੇਅਰ ਕਰੇਂ ਤਾਂ ਕਿ ਮੈਂ ਆਪਣੇ ਗਲੀ ਮੁਹੱਲੋਂ ਮੇਂ ਜਾ ਕਰ ਜੋ ਛੋਟੇ ਛੋਟੇ ਬੱਚੇ 6-6, 8-8 ਸਾਲ ਕੇ ਸ਼ੂਗਰ ਸੇ ਪੀੜਿਤ ਹੈ ਬਜ਼ੁਰਗ ਤੋਂ ਹੈ ਹੀ ਹੈ ਬੱਚੇ ਵੀ ਪੀੜਿਤ ਹੈ ਉਨ ਸਭ ਕੋ ਇਸ ਸ਼ਿਵਰ ਕੇ ਥਰੂ ਹਮ ਜ਼ਿਆਦਾ ਸੇ ਜ਼ਿਆਦਾ ਲਾਭ ਪਹੁੰਚਾ ਸਕੇਂ ਐਸੀ ਹਮੇਂ ਵੀ ਸ਼ਿਕਸ਼ਾ ਦੇਂ ਤਾਂ ਕਿ ਹਮ ਹਮਾਰੇ ਇਸ ਭਾਰਤ ਦੇਸ਼ ਕੀ ਇਸ ਸੰਸਕ੍ਰਿਤੀ ਇਸ ਸਭਿਅਤਾ ਇਸ ਪਦਤੀ ਕੋ ਆਗੇ ਬੜਾ ਸਕੇਂ ਔਰ ਆਯੁਰਵੇਦ ਕੇ ਥਰੂ ਇਹ ਜੋ ਔਸ਼ਧੀਆਂ ਯਹਾਂ ਪਰ ਡਿਸਟ੍ਰੀਬਿਊਟ ਹੋ ਰਹੀ ਹੈ ਇਹ ਹਰ ਘਰ ਘਰ ਤੱਕ ਪਹੁੰਚਾ ਸਕੇ ਸਰ ਸੋਸ਼ਲ ਕੋਜ਼ ਤੇ ਹੈ ਲੇਕਿਨ ਕਹਿੰਦੇ ਕਿ